ਦੋਸਤੋ, ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਅਤੇ ਉਸਦੀ ਸਾਥਣ ਗਾਇਕਾ ਅਮਰਜੋਤ ਕੌਰ, ਜੋ ਕਿ ਪੰਜਾਬ ਦੇ 90ਵੇਂ ਦਹਾਕੇ ਵਿੱਚ ਬੜਾ ਮਸ਼ਹੂਰ ਹੋਇਆ ਸੀ, ਕਹਿੰਦੇ ਹਨ ਕਿ ਉਸਦੇ ਗਰਮ ਗਾਣਿਆਂ ਕਰਕੇ ਉਸਨੇ ਦੂਜੇ ਕਲਾਕਾਰਾਂ ਨੂੰ ਇੱਕ ਵਾਰ ਵਿਹਲੇ ਕਰਕੇ ਘਰਾਂ ਵਿੱਚ ਬਿਠਾ ਦਿੱਤਾ ਸੀ। ਪਰ ਉਸ ਵਕਤ ਪੰਜਾਬ ਵਿੱਚ ਖਾੜਕੂ ਲਹਿਰ ਵੀ ਆਪਣੇ ਪੂਰੇ ਜੋਬਣ ਉੱਤੇ ਸੀ, ਜਿਸ ਦੇ ਚੱਲਦੇ ਇੱਕ ਦਿਨ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਕੌਰ ਦਾ ਚੱਲਦੇ ਅਖਾੜੇ ਦੇ ਦੌਰਾਨ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਸ ਵਕਤ ਤੋਂ ਲੈ ਕੇ ਅੱਜ ਤੱਕ ਇਹ ਗੱਲਾਂ ਚੱਲੀਆਂ ਚਲਾਈਆਂ ਜਾ ਰਹੀਆਂ ਕਿ ਚਮਕੀਲਾ ਗੰਦੇ ਗਾਣੇ ਗਾਉਂਦਾ ਸੀ, ਜਿਸ ਕਰਕੇ ਉਸਦਾ ਕਤਲ ਹੋਇਆ। ਹੋਰ ਵੀ ਬਹੁਤ ਸਾਰੇ ਲੋਕਾਂ ਵੱਲੋਂ ਕਈ ਕਾਰਨ ਚਮਕੀਲੇ ਦੇ ਕਤਲ ਬਾਰੇ ਦੱਸੇ ਜਾਂਦੇ ਹਨ। ਅੱਜ ਦੀ ਵੀਡੀਓ ਵਿੱਚ ਅਸੀਂ ਚਮਕੀਲੇ ਦੇ ਗੀਤਾਂ ਦੀ ਗੱਲ ਨਹੀਂ ਕਰ ਰਹੇ ਕਿ ਉਸਦੇ ਗਾਣੇ ਗੰਦੇ ਸੀ ਜਾਂ ਚੰਗੇ। ਅੱਜ ਗੱਲ ਕਰਾਂਗੇ ਚਮਕੀਲੇ ਦੀ ਜ਼ਿੰਦਗੀ ਦੇ ਕੁਝ ਐਸੇ ਪਹਿਲੂਆਂ ਬਾਰੇ ਜੋ ਕਿ ਬਹੁਤ ਘੱਟ ਲੋਕਾਂ ਨੂੰ ਪਤਾ। ਹਰੇਕ ਇਨਸਾਨ ਦੀ ਜ਼ਿੰਦਗੀ ਦੇ ਦੋ ਪੱਖ ਹੁੰਦੇ ਹਨ। ਚਮਕੀਲੇ ਦੀ ਨਿੱਜੀ ਜ਼ਿੰਦਗੀ ਬਾਰੇ ਅੱਜ ਗੱਲਬਾਤ ਕਰਾਂਗੇ ਕਿ ਉਹ ਘਰੇਲੂ ਕੰਮਾਂ ਅਤੇ ਸਮਾਜ ਵਿੱਚ ਕਿਹੋ ਜਿਹਾ ਸੀ। ਚਮਕੀਲੇ ਦੀ ਜ਼ਿੰਦਗੀ ਦਾ ਆਹ ਪੱਖ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਪਰ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਕਰ ਲਓ। ਵੀਡੀਓ ਪੂਰੀ ਸੁਣ ਕੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ। ਹੋ ਸਕਦਾ ਹੈ ਕਿ ਚਮਕੀਲੇ ਬਾਰੇ ਅੱਜ ਦੀ ਆਹ ਵੀਡੀਓ ਕਿਸੇ ਨੂੰ ਚੰਗੀ ਨਾ ਲੱਗੇ, ਪਰ ਸਾਡਾ ਕੰਮ ਹੈ ਸਿਰਫ ਜਾਣਕਾਰੀ ਦੇਣਾ। ਚਾਹੇ ਉਹ ਜਾਣਕਾਰੀ ਚੰਗੀ ਹੋਵੇ ਜਾਂ ਬੁਰੀ, ਇਸ ਦਾ ਫੈਸਲਾ ਲੋਕ ਆਪੇ ਕਰਦੇ। ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ। ਦੋਸਤੋ, ਗੱਲ ਕਰਦੇ ਹਾਂ ਚਮਕੀਲੇ ਦੀ ਅਮੀਰੀ ਅਤੇ ਫਕੀਰੀ ਦੀ। ਪੰਜਾਬ ਵਿੱਚ ਜਦੋਂ ਖਾੜਕੂ ਲਹਿਰ ਆਪਣੇ ਪੂਰੇ ਸਿਖਰ 'ਤੇ ਪਹੁੰਚ ਰਹੀ ਸੀ, ਤਾਂ ਉਸ ਵਕਤ ਵੱਡੇ ਵੱਡੇ ਗਾਇਕ ਜਿਵੇਂ ਗੁਰਦਾਸ ਮਾਨ ਬੰਬੇ ਅੱਪੜ ਗਿਆ ਸੀ। ਹੋਰ ਬਹੁਤ ਸਾਰੇ ਗਾਉਣ ਵਾਲੇ ਜਿਹੜੇ ਉਸ ਵਕਤ ਪੂਰੇ ਮਸ਼ਹੂਰ ਸਨ, ਉਹ ਪੰਜਾਬ ਛੱਡ ਕੇ ਹਰਿਆਣਾ, ਦਿੱਲੀ, ਰਾਜਸਥਾਨ ਇਹਨਾਂ ਇਲਾਕਿਆਂ ਵਿੱਚ ਦੌੜ ਗਏ ਸਨ। ਜਿਹੜੇ ਕਲਾਕਾਰ ਪੰਜਾਬ ਵਿੱਚ ਰਹਿ ਗਏ, ਉਹਨਾਂ ਵਿੱਚੋਂ ਬਹੁਤਿਆਂ ਨੇ ਤਾਂ ਪ੍ਰੋਗਰਾਮ ਕਰਨੇ, ਅਖਾੜੇ ਲਾਉਣੇ ਬੰਦ ਕਰ ਦਿੱਤੇ ਸਨ ਜਾਂ ਫਿਰ ਕਾਫੀ ਆਦਤਾਂ ਘਟਾ ਦਿੱਤੇ ਸਨ। ਉਹਨਾਂ ਸਮਿਆਂ ਵਿੱਚ ਵੀ ਮਸ਼ਹੂਰ ਗਾਇਕ ਮੁਹੰਮਦ ਸਦੀਕ ਨੇ ਗਾਉਣਾ ਛੱਡ ਕੇ ਆਟੇ ਵਾਲੀ ਚੱਕੀ ਲਗਾ ਲਈ ਸੀ। ਕੋਈ ਗਾਇਕ ਖੇਤੀ ਕਰਨ ਲੱਗਾ ਅਤੇ ਕਿਸੇ ਨੇ ਦੁਕਾਨਦਾਰੀ ਸ਼ੁਰੂ ਕਰ ਲਈ ਸੀ। ਇਸੇ ਦੌਰਾਨ ਇੱਕ ਸਮਾਂ ਇੰਨਾ ਨਾਜ਼ੁਕ ਆਇਆ ਕਿ ਅਮਰ ਸਿੰਘ ਚਮਕੀਲਾ ਵੀ ਅਮਰਜੋਤ ਨੂੰ ਨਾਲ ਲੈ ਕੇ ਦਿੱਲੀ ਪਹੁੰਚ ਗਿਆ ਅਤੇ ਇੱਕ ਮਹੀਨਾ ਸੰਗੀਤਕਾਰ ਚਰਨਜੀਤ ਔਜੇ ਦੇ ਘਰ ਵਿੱਚ ਰਿਹਾ। ਪਰ ਚਮਕੀਲੇ ਦੇ ਅੰਦਰਲਾ ਗਾਉਣ ਵਾਲਾ ਕੀੜਾ ਉਸਨੂੰ ਟੇਕੇ ਨਹੀਂ ਸੀ ਬੈਠਣ ਦਿੰਦਾ। ਇੱਕ ਮਹੀਨਾ ਦਿੱਲੀ ਰਹਿ ਕੇ ਉਹ ਫਿਰ ਵਾਪਸ ਪੰਜਾਬ ਆਇਆ ਅਤੇ ਪੰਜਾਬ ਆ ਕੇ ਉਸਨੇ ਦੁਬਾਰਾ ਪ੍ਰੋਗਰਾਮ ਲਾਉਣੇ ਸ਼ੁਰੂ ਕਰ ਦਿੱਤੇ। ਉਸ ਵਕਤ ਕਲਾਕਾਰਾਂ ਦੀ ਘਾਟ ਅਤੇ ਉਸਦੀ ਆਪਣੀ ਚੜ੍ਹਤ ਕਾਰਨ ਉਸਨੂੰ ਅਖਾੜਿਆਂ ਦੀ ਇੱਕ ਵਾਰ ਤਾਂ ਝੜੀ ਹੀ ਲੱਗ ਗਈ ਸੀ। ਹਰ ਰੋਜ਼ ਉਸਦੇ ਅਖਾੜੇ ਹੁੰਦੇ ਸਨ। ਇੱਕ ਪ੍ਰੋਗਰਾਮ ਲਾਉਣ ਗਏ ਚਮਕੀਲੇ ਨੂੰ ਉੱਥੇ ਕਈ ਕਈ ਪ੍ਰੋਗਰਾਮ ਬੁੱਕ ਹੋ ਜਾਂਦੇ ਸਨ। ਉਸ ਵਕਤ ਤਾਂ ਉਹ ਕਈ ਵਾਰ ਦਿਹਾੜੀ ਦੇ ਤਿੰਨ ਤਿੰਨ ਪ੍ਰੋਗਰਾਮ ਵੀ ਲਗਾਉਣ ਲੱਗਾ ਸੀ। ਬੇਸ਼ੱਕ ਚਮਕੀਲਾ ਬਾਕੀ ਦੇ ਕਲਾਕਾਰਾਂ ਨਾਲੋਂ ਥੋੜ੍ਹੇ ਜ਼ਿਆਦਾ ਪੈਸੇ ਅਖਾੜਿਆਂ ਦੇ ਲੈਂਦਾ ਸੀ, ਪਰ ਅਖਾੜੇ ਦੀ ਤੈਅ ਕੀਤੀ ਰਕਮ ਨਾਲੋਂ ਤਾਂ ਕਈ ਕਈ ਗੁਣਾ ਵੱਧ ਪੈਸੇ ਉਸ ਨੂੰ ਸਟੇਜ ਉੱਤੋਂ ਹੀ ਹੋ ਜਾਂਦੇ ਸਨ। ਉਹਨਾਂ ਦਿਨਾਂ ਵਿੱਚ ਹੀ ਰਾਜਸਥਾਨ ਦੇ ਜੈਪੁਰ ਸ਼ਹਿਰ ਵਿੱਚ ਚਮਕੀਲੇ ਨੇ ਇੱਕ ਵਾਰ 4 ਘੰਟਿਆਂ ਦਾ ਇੱਕ ਅਖਾੜਾ ਲਾਇਆ, ਜਿਸ ਦੇ ਉਸਨੇ 12,000 ਰੁਪਏ ਲਏ। ਉਸ ਸਮੇਂ ਦਾ ਕਿਸੇ ਵੀ ਪੰਜਾਬੀ ਗਾਇਕ ਵੱਲੋਂ ਲਾਇਆ ਗਿਆ ਇਹ ਸਭ ਤੋਂ ਮਹਿੰਗਾ ਅਖਾੜਾ ਸੀ। ਕਈ ਵਾਰ ਤਾਂ ਸਟੇਜ 'ਤੇ ਚਮਕੀਲਾ ਉੱਤੋਂ ਲੋਕ ਇੰਨੇ ਪੈਸੇ ਸੁੱਟ ਦਿੰਦੇ ਸਨ ਕਿ ਸਾਜੀਆਂ ਨੂੰ ਝੋਲੇ ਵਿੱਚ ਪਾਉਣੇ ਵੀ ਔਖੇ ਹੋ ਜਾਂਦੇ ਸਨ। ਪਿੰਡ ਦੁੱਗਰੀ ਦੇ ਭਾਰਤੀ ਸਟੇਟ ਬੈਂਕ ਦੇ ਖਾਤਾ ਨੰਬਰ 336 ਵਿੱਚ ਹਰ ਦੂਜੇ ਦਿਨ ਚਮਕੀਲੇ ਵੱਲੋਂ ਕਦੇ 20,000 ਕਦੇ 30,000 ਰੁਪਏ ਅੱਜ ਦੂਜੇ ਦਿਨ ਜਮ੍ਹਾਂ ਕਰਵਾਏ ਜਾਂਦੇ ਸਨ।
ਕਹਿੰਦੇ ਹਨ ਕਿ ਚਮਕੀਲਾ ਬੈਂਕ ਵਿੱਚ ਪੈਸੇ ਫੜਾ ਕੇ ਬੈਂਕ ਦੇ ਨਾਲ ਬਣੀ ਇੱਕ ਡੇਅਰੀ ਵਿੱਚ ਜਾ ਕੇ ਬੈਠ ਜਾਂਦਾ ਸੀ, ਕਿਉਂਕਿ ਉਸ ਵਕਤ ਨੋਟ ਛੋਟੇ ਹੁੰਦੇ ਸਨ, ਕੋਈ 10 ਦਾ, ਕੋਈ 5 ਰੁਪਏ, ਅਤੇ ਬੈਂਕ ਵਾਲਿਆਂ ਨੂੰ 1 ਘੰਟਾ ਨੋਟ ਗਿਣਤੇ ਹੀ ਲੱਗ ਜਾਂਦਾ ਸੀ। ਇੱਕ ਦਿਨ ਚਮਕੀਲਾ 70,000 ਰੁਪਏ ਲੈ ਕੇ ਬੈਂਕ ਗਿਆ। ਬੈਂਕ ਵਾਲਿਆਂ ਨੇ 70,000 ਦਾ ਫਾਰਮ ਭਰ ਕੇ ਜਦੋਂ ਨੋਟ ਗਿਣਨੇ ਸ਼ੁਰੂ ਕੀਤੇ ਤਾਂ ਉਹ 75,000 ਹੋ ਗਏ। ਚਮਕੀਲਾ ਪੈਸੇ ਇਕੱਠੇ ਕਰਦਾ ਇੱਕ ਅਖਾੜੇ ਤੋਂ ਦੂਜੇ ਅਖਾੜੇ 'ਤੇ ਪਹੁੰਚਦਾ ਇੰਨਾ ਮਸ਼ਰੂਫ ਹੋ ਗਿਆ ਕਿ ਉਸਨੂੰ ਇਹ ਵੀ ਪਤਾ ਨਹੀਂ ਸੀ ਹੁੰਦਾ ਕਿ ਅੱਜ ਕਿਹੜਾ ਦਿਨ ਹੈ ਅਤੇ ਕਿਹੜੀ ਤਰੀਕ ਹੈ। ਇੱਕ ਵਾਰ ਉਸਦੇ ਸਾਥੀ ਕਿੱਕਰ ਡਾਲੇ ਵਾਲੇ ਨੇ ਮਾਝੇ ਦੇ ਕੋਲ ਪੱਟੀ ਵਲਟੋਏ ਦਾ ਇੱਕ ਪ੍ਰੋਗਰਾਮ ਬੁੱਕ ਕਰ ਲਿਆ। ਘਰ ਵਾਲਿਆਂ ਨੇ ਸਿਹਰਾ ਪੜ੍ਹਨ ਦੀ ਜ਼ਿੰਮੇਵਾਰੀ ਵੀ ਚਮਕੀਲੇ ਦੀ ਪਾਰਟੀ ਨੂੰ ਦੇ ਦਿੱਤੀ। ਉਹਨਾਂ ਪਿੰਡ ਪਹੁੰਚਣ ਤੋਂ ਪਹਿਲਾਂ ਥੋੜ੍ਹੀ ਦੂਰ ਕਾਰ ਰੋਕ ਲਈ ਅਤੇ ਉਸਦੇ ਸਾਥੀ ਕਿੱਕਰ ਦੀਪਾ ਤੁੰਬੀ ਵਾਲਾ ਅਤੇ ਸੱਤਾ ਸਿਹਰਾ ਪੜ੍ਹਨ ਵਾਸਤੇ ਪੈਦਲ ਪਹਿਲਾਂ ਵਿਆਹ ਵਾਲੇ ਘਰ ਚਲੇ ਗਏ। ਜਦੋਂ ਵਿਆਹ ਵਾਲੇ ਘਰ ਪਹੁੰਚੇ ਤਾਂ ਪਤਾ ਲੱਗਾ ਕਿ ਵਿਆਹ ਤਾਂ ਅਜੇ 1 ਮਹੀਨਾ ਬਾਅਦ ਹੈ। ਜਦੋਂ ਵਾਪਸ ਚਮਕੀਲੇ ਕੋਲ ਗਏ ਤਾਂ ਉਸਨੇ ਉਹਨਾਂ ਨੂੰ ਨਜਾਇਜ਼ ਖਰਚਾ ਪਾਉਣ ਲਈ ਝਿੜਕਣ ਦੀ ਬਜਾਏ ਕੋਲੋਂ ਹੋਰ ਪੈਸੇ ਦਿੱਤੇ ਅਤੇ ਕਿਹਾ ਕਿ ਲਓ ਪਾਰਟੀ ਕਰ ਲਵੋ। ਉਸਦੀ ਸ਼ੌਹਰਤ ਦਿਨੋਂ ਦਿਨ ਵੱਧਦੀ ਜਾ ਰਹੀ ਸੀ। ਕਹਿੰਦੇ ਨੇ ਕਿ ਪੈਸਾ ਅਤੇ ਸ਼ੌਹਰਤ ਆਉਣ ਦੇ ਬਾਵਜੂਦ ਵੀ ਚਮਕੀਲੇ ਵਿੱਚ ਕੋਈ ਹੰਕਾਰ ਨਹੀਂ ਸੀ ਆਇਆ। ਉਸਨੇ ਨਿਮਰਤਾ ਦਾ ਪੱਲਾ ਨਹੀਂ ਸੀ ਛੱਡਿਆ ਅਤੇ ਆਪਦੇ ਤੋਂ ਛੋਟਿਆਂ ਨੂੰ ਵੀ ਵੀਰਾ ਆ ਕੇ ਬੁਲਾਉਂਦਾ ਸੀ। ਉਸਨੂੰ ਮਿਲਣ ਆਉਣ ਵਾਲੀਆਂ ਉਸਦੀਆਂ ਪ੍ਰਸ਼ੰਸਕ ਕੁੜੀਆਂ ਨੂੰ ਵੀ ਉਹ ਭੈਣ ਜੀ ਆ ਕੇ ਬੁਲਾਉਂਦਾ ਸੀ। ਜਦੋਂ ਕਿਤੇ ਉਹ ਆਪਣੇ ਪਿੰਡ ਦੁੱਗਰੀ ਆਉਂਦਾ ਤਾਂ ਸਾਹਮਣੇ ਉਹ ਜੇਕਰ ਕੋਈ ਉਸਦਾ ਵਾਕਫ ਤੁਰਿਆ ਆਉਂਦਾ ਮਿਲਦਾ ਤਾਂ ਉਹ ਕਾਰ ਵਿੱਚੋਂ ਉਤਰ ਕੇ ਉਸਨੂੰ ਮਿਲਦਾ ਅਤੇ ਕਾਰ ਵਿੱਚ ਨਾਲ ਬਿਠਾ ਕੇ ਉਸਨੂੰ ਪਿੰਡ ਛੱਡ ਕੇ ਆਉਂਦਾ ਸੀ। ਉਹ ਅਕਸਰ ਹੀ ਕਹਿੰਦਾ ਹੁੰਦਾ ਸੀ ਕਿ ਜੇਕਰ ਕੋਈ ਦਰਖਤ ਆਪਣੀਆਂ ਜੜ੍ਹਾਂ ਨੂੰ ਭੁੱਲ ਜਾਵੇ ਤਾਂ ਉਹ ਬਹੁਤੀ ਦੇਰ ਖੜ੍ਹਾ ਨਹੀਂ ਰਹਿੰਦਾ। ਚਮਕੀਲਾ ਜੇਕਰ ਅੰਨ੍ਹੀ ਕਮਾਈ ਕਰ ਰਿਹਾ ਸੀ ਤਾਂ ਉਹ ਦਾਨ ਵੀ ਰੱਜ ਕੇ ਕਰਦਾ ਸੀ। ਜੇਕਰ ਕੋਈ ਲੋੜਵੰਦ ਉਸਦੇ ਬੂਹੇ ਵਿੱਚ ਆਉਂਦਾ ਤਾਂ ਉਹ ਕਦੇ ਵੀ ਖਾਲੀ ਹੱਥ ਉਸਨੂੰ ਵਾਪਸ ਨਹੀਂ ਮੋੜਨ ਦਿੰਦਾ। ਉਸਨੇ ਆਪਣੇ ਪਿੰਡ ਵਿੱਚ ਇੱਕ ਰੀਤ ਚਲਾਈ ਹੋਈ ਸੀ ਕਿ ਜਦੋਂ ਵੀ ਕਿਸੇ ਪਿੰਡ ਦੀ ਕੁੜੀ ਦਾ ਵਿਆਹ ਹੋਣਾ ਹੁੰਦਾ ਤਾਂ ਵਿਆਹ ਵਿੱਚ ਭਾਵੇਂ ਉਹ ਘਰ ਚਮਕੀਲੇ ਨੂੰ ਸੱਦਿਆ ਹੋ ਗਿਆ ਹੋਵੇ ਜਾਂ ਨਾ ਸੱਦਿਆ ਗਿਆ ਹੋਵੇ, ਉਹ ਹਰੇਕ ਕੁੜੀ ਦੇ ਵਿਆਹ 'ਤੇ 1100 ਰੁਪਏ ਸ਼ਗਨ, 1 ਸਿਲਾਈ ਮਸ਼ੀਨ, 1 ਕੱਪੜਿਆਂ ਵਾਲੀ ਪ੍ਰੈੱਸ ਅਤੇ 1 ਘਿਓ ਦਾ ਪੀਪਾ ਆਪੇ ਉਸਦੇ ਘਰ ਭੇਜ ਦਿੰਦਾ ਸੀ। ਪਿੰਡ ਦੇ ਗਰੀਬ ਬੱਚਿਆਂ ਦੇ ਕੱਪੜਿਆਂ ਤੋਂ ਇਲਾਵਾ ਕਈ ਵਾਰ ਸਕੂਲਾਂ ਦੀਆਂ ਫੀਸਾਂ ਵੀ ਭਰ ਦਿੰਦਾ ਸੀ। ਉਸਦੇ 10 ਬੱਚੇ ਪਿੰਡ ਦੁੱਗਰੀ ਅਤੇ 11 ਬੱਚੇ ਜਵਾਹਰ ਨਗਰ ਲੁਧਿਆਣੇ ਦੇ ਸਰਕਾਰੀ ਸਕੂਲ ਤੋਂ ਅਡੋਪਟ ਕੀਤੇ ਹੋਏ ਸਨ, ਜਿਨ੍ਹਾਂ ਦੀ ਪੜ੍ਹਾਈ ਦਾ ਖਰਚਾ ਸਾਰਾ ਚਮਕੀਲਾ ਚੁੱਕਦਾ ਸੀ। ਜਦੋਂ ਕਿਤੇ ਉਹ ਆਪਣੇ ਦਫ਼ਤਰ ਲੁਧਿਆਣੇ ਆਉਂਦਾ ਤਾਂ ਸਾਹਮਣੇ ਬੱਸ ਅੱਡੇ ਦੇ ਬਾਹਰ ਬੈਠੇ ਮੋਚੀ ਤੋਂ ਜੁੱਤੀ ਪਾਲਚ ਕਰਾ ਕੇ ਉਸ ਨੂੰ 2 ਰੁਪਏ ਦੇਣ ਦੀ ਬਜਾਏ 10 ਰੁਪਏ ਦਿੰਦਾ ਸੀ। ਉਸਨੇ ਅਮੀਰ ਹੋ ਕੇ ਵੀ ਗਰੀਬੀ ਨਹੀਂ ਸੀ ਛੱਡੀ ਅਤੇ ਇਸੇ ਕਰਕੇ ਉਸਨੂੰ ਅਮੀਰ ਫਕੀਰ ਕਹਿੰਦੇ ਹਨ। ਸੋ ਦੋਸਤੋ, ਅਮਰ ਸਿੰਘ ਚਮਕੀਲੇ ਦਾ ਇੱਕ ਪੱਖ ਇਹ ਵੀ ਸੀ। ਹੋ ਸਕਦਾ ਹੈ ਕਿ ਅੱਜ ਦੀ ਇਹ ਵੀਡੀਓ ਕਿਸੇ ਨੂੰ ਚੰਗੀ ਨਾ ਲੱਗੇ, ਪਰ ਸਾਡਾ ਕੰਮ ਹੈ ਇੱਕ ਨਿਰਪੱਖ ਜਾਣਕਾਰੀ ਸਾਂਝੀ ਕਰਨਾ। ਸੋ ਦੋਸਤੋ, ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ। ਇਸ ਵੀਡੀਓ ਸੰਬੰਧੀ ਆਪਣੀ ਜਾਣਕਾਰੀ ਕਮੈਂਟਾਂ ਵਿੱਚ ਜ਼ਰੂਰ ਸਾਂਝੀ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਧੰਨਵਾਦ।